ਕੋਟਕਪੂਰਾ ਦੇ ਪਿੰਡ ਬਰਗਾੜੀ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਰੋਸ ਪ੍ਰਗਟ ਕਰਨ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋ ਜਾਣ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਹਲਕਾ ਟਾਂਡਾ ਨੂੰ ਮੁਕੰਮਲ ਬੰਦ ਕਰਾਉਣ ਤੋਂ ਬਾਅਦ ਟਾਂਡਾ ਹਰਗੋਬਿੰਦਪੁਰ ਮਾਰਗ ਨੂੰ ਬੰਦ ਕਰਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ। ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਿੰਘ ਸਭਾ ਦਾਰਾਪੁਰ ਵਿਖੇ ਇਕੱਤਰਤਾ ਕਰਨ ਉਪਰੰਤ ਬਾਜ਼ਾਰ ਬੰਦ ਕਰਵਾਏ ਗਏ ਤੇ ਇਸ ਦੌਰਾਨ ਕੁਝ ਸਿੱਖ ਆਗੂਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਅਸੀਂ ਕੋਈ ਨਹੀਂ ਕਹਿ ਇਹ ਕਹਿਣਾ ਚਾਹਵਾਂਗੇ, ਅਰੈਸਟ ਹੋ ਗਈ ਸਾਨੂੰ ਕੋਈ ਗੱਲ ਨਹੀਂ, ਸਾਨੂੰ ਗ੍ਰਿਫਤਾਰੀਆਂ ਦੇਣ ਦੀ ਕੋਈ ਪਰਵਾਹ ਨਹੀਂ ਜੀ। ਅਸੀਂ ਜੋ ਵੀ ਸਾਨੂੰ ਕਰੂਗਾ ਪ੍ਰਸ਼ਾਸਨ, ਆਪਣਾ ਰੋਸ ਮਾਰਚ ਕਰ ਰਹੇ ਹਾਂ, ਆਤਮਿਕ ਠੇਕੇ ਦੇ ਨਾਲ ਅਸੀਂ ਬੰਦ ਕਰਵਾ ਰਹੇ ਹਾਂ। ਸਾਡੀਆਂ ਸਰਕਾਰਾਂ ਜਿਹੜੀਆਂ ਬਲ ਦੀਆਂ ਗਦਾਰ ਸਰਕਾਰਾਂ ਨੇ ਇਹ ਸਭ ਕੁਝ ਕਰਵਾ ਰਹੀਆਂ ਨੇ ਅਤੇ ਅਸੀਂ ਹੁਣ ਬਹੁਤਾ ਚਿਰ ਇਹਨਾਂ ਦੇ ਥੱਲੇ ਲੱਗ ਕੇ ਨਹੀਂ ਰਹਿਣਾ, ਅਸੀਂ ਇਹਨਾਂ ਦੀ ਵਧੀਕੀ ਨਹੀਂ ਕਰਨੀ ਸਰਕਾਰਾਂ ਦੀ। ਟਾਂਡਾ ਤੋਂ ਕੁਲਬੀਰ ਸ਼ੇਰਾ ਦੀ ਰਿਪੋਰਟ, ਪੰਜਾਬ ਟੁਡੇ।